ਭਗਵਾਨ ਜੀ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਡੇ ਭਗਵਾਨ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਇਸ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਕਿ ਸਕੂਲ ਤੋਂ ਤੁਸੀਂ ਸਿੱਧੇ ਇੱਥੇ ਆ ਗਏ ਐਂ ਵਰਦੀ ਮੇਰੀ ਤਾਰੀ ਤੁਹਾਡੀਆਂ ਗੱਲਾਂ ਕਰਦੇ ਹਾਂ ਥੋੜ੍ਹੇ ਚਿਰ ਪਰ ਫਿਰ ਉਹ ਜੇ ਇਹਨਾਂ ਨੂੰ ਪੜ੍ਹਾ ਲਈਏ ਤਾਂ ਇਹ ਅਫਸਰ ਬਣ ਜਾਣਗੇ, ਇਹ ਅਫਸਰ ਬਣ ਕੇ ਤੁਹਾਡੇ ਘਰਾਂ ਦੀਆਂ ਗਰੀਬੀਆਂ ਚੱਕਣਗੇ, ਕਿਸੇ ਮੋਦੀ ਵਾਲਾ 15 ਲੱਖ, ਕਿਸੇ ਕੈਪਟਨ ਵਾਲੇ 2500 ਰੁਪਏ ਪੈਨਸ਼ਨ, ਕਿਸੇ ਰਾਹੁਲ ਗਾਂਧੀ ਵਾਲੇ 72,000 ਦੇ ਖਾਤੇ 'ਤੇ ਯਕੀਨ ਨਾ ਕਰਿਓ। ਉਹ ਖਾਤੇ ਵੋਟਾਂ ਤੋਂ ਪਹਿਲਾਂ ਖੁੱਲ੍ਹਦੇ ਨੇ, ਵੋਟਾਂ ਪੈਣ ਸਾਰ ਖਾਤੇ 'ਤੇ ਮਸ਼ੀਨਾਂ ਦੋਨੇ ਬੰਦ ਹੋ ਜਾਂਦੇ। ਇਹਨਾਂ ਨੂੰ ਪੜ੍ਹਾ ਲਈਏ, ਇਹਨਾਂ ਨੂੰ ਪੜ੍ਹਾਇਆ ਕਿਵੇਂ ਜਾਊਗਾ? ਇਹਨਾਂ ਦੇ ਸਕੂਲ ਵਧੀਆ ਬਣਾ ਕੇ, ਅੱਜ ਪਤਾ ਸਕੂਲ ਵਧੀਆ ਬਣਾ ਕੇ, ਇਹਨਾਂ ਦੇ ਸਕੂਲ 'ਚ ਨਾ ਤਾਂ ਬੈਠਣ ਨੂੰ ਫਰਨੀਚਰ ਹੈ, ਨਾ ਪੀਣ ਨੂੰ ਪਾਣੀ ਹੈ, ਨਾ ਕਿਤਾਬਾਂ, ਨਾ ਵਰਦੀਆਂ। ਕਿਵੇਂ ਪੜ੍ਹਨਗੇ? ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਨਾਲੋਂ ਵਧੀਆ ਬਣਾ ਤੇ, ਰਿਜ਼ਲਟ ਸਰਕਾਰੀ ਸਕੂਲਾਂ ਦਾ ਪ੍ਰਾਈਵੇਟ ਨਾਲੋਂ ਵਧੀਆ ਆਉਂਦਾ। ਨਾਲੇ ਦਿੱਲੀ ਦੇ ਪ੍ਰਾਈਵੇਟ ਸਕੂਲ ਬਹੁਤ ਮਹਿੰਗੇ ਸਕੂਲ ਨੇ, ਆਮ ਆਪਣੇ ਵਾਲੇ ਪ੍ਰਾਈਵੇਟਾਂ ਨੂੰ ਉੱਪਰ ਨੇ ਉਹ। ਅਤੇ ਫਿਰ ਜੇ ਕੇਜਰੀਵਾਲ ਕਰ ਸਕਦਾ ਇੱਥੇ ਕਿਉਂ ਨਹੀਂ ਕਰਦੇ? ਫਿਰ ਮੈਂ ਆਪ ਦੇਖਿਆ ਹੋਇਆ ਉੱਥੇ ਸਕੂਲ ਦਿੱਲੀ, ਮੈਨੂੰ ਲੈ ਗਏ ਸੀ ਇੱਕ ਦਿਨ ਦਿਖਾਉਣ। ਮਤਲਬ ਵੱਡੇ ਵੱਡੇ ਅਫਸਰਾਂ ਨੇ ਆਪਦੇ ਬੱਚੇ ਪ੍ਰਾਈਵੇਟ ਚੋਂ ਹਟਾ ਕੇ ਬਾਪੂ ਜੀ ਸਰਕਾਰੀ ਚਲਾ ਦੇ। ਮੈਂ ਦੇਖਣ ਚਲਾ ਗਿਆ, ਮੈਂ ਆਪਦੀਆਂ ਅੱਖਾਂ ਨਾਲ ਇੱਕ ਜੱਜ ਦਾ ਬੱਚਾ, ਇੱਕ SDM ਦਾ ਬੱਚਾ ਅਤੇ DC ਦਾ ਬੱਚਾ ਅਤੇ ਇੱਕ ਰਿਕਸ਼ੇ ਵਾਲੇ ਦਾ ਬੱਚਾ ਝੁੱਗੀ ਝੋਪੜੀਆਂ ਦਾ ਇੱਕੋ ਸਕੂਲ 'ਚ ਇੱਕੋ ਛੱਤ ਥੱਲੇ ਇੱਕੋ ਬੈਂਚ 'ਤੇ ਬੈਠੇ ਪੜ੍ਹਦੇ ਮੈਂ ਦੇਖੇ ਦਿੱਲੀ 'ਚ। ਆਪਾਂ ਸੋਚ ਸਕਦੇ ਹਾਂ ਕਦੇ ਵੀ ਆਪਣਾ ਜਵਾਕ ਜੱਜ ਦੇ ਜਵਾਕ ਨਾਲ ਪੜ੍ਹ ਲੂਗਾ ਜਾਂ DC ਦੇ ਜਵਾਕ ਨਾਲ ਪੜ੍ਹ ਲੂਗਾ? ਲੀਡਰ ਚਾਹੁੰਦੇ ਹੀ ਨਹੀਂਗੇ ਵੀ ਇਹ ਪੜ੍ਹ ਜਾਣ, ਕਿਉਂਕਿ ਜੇ ਇਹ ਪੜ੍ਹ ਕੇ ਇਹ ਅਫਸਰ ਬਣ ਜਾਣਗੇ, ਅਫਸਰ ਬਣ ਜਾਣਗੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ, ਫਿਰ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਜੇ, ਫਿਰ ਭੱਠੜ ਕੇ ਘਰ ਮੂਹਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਵੱਧ ਕੇ ਕੌਣ ਪੜ੍ਹਦੇ? ਭੱਠੜ ਤਾਂ ਚਾਹੁੰਦੀ ਨਹੀਂ ਕਿ ਘਰ ਵੀ ਠੀਕ ਹੋ ਜਾਵੇ। ਉਹ ਕਹਿੰਦੀ ਫਿਰ ਮੇਰੇ ਮਸਲੇ ਕੀ, ਮੇਰੇ ਲੋਕ ਮੇਰੇ ਕੋਲ ਕੀ ਕਰਨਾ ਹੈਗਾ ਤੁਸੀਂ? ਮੈਂ ਚਾਹੁੰਦਾ ਜਿਹੜਾ ਘੱਗਰਾ ਠੀਕ ਰਹੇ। ਪਿਛਲੀ ਵਾਰ ਨਹੀਂ ਆਇਆ ਸੀ ਇੱਥੇ, ਐਤਕੀ ਸੁੱਖ ਸਾਹਿਬ ਨਾਲ ਲੱਗਿਆ, ਅੱਧਾ ਅੱਧਾ ਮਿੰਟ ਵੀ ਮੈਂ ਫੋਨ ਕਰਦਾ ਰਿਹਾ ਕਿਵੇਂ ਆ, ਕਿੱਥੇ ਆ, ਗੱਡੀ ਕਿੱਥੇ ਚਾਹੀਦੀ ਨੇ ਕੀ। ਐਤਕੀ ਮੈਂ DC ਨੂੰ ਕਿਹਾ ਹੋਇਆ ਹੁਣੇ ਔਡਰ ਦੇ ਦਿੱਤਾ ਹੋਇਆ, ਕਿਉਂਕਿ ਮੈਂ ਹਜੇ ਵੀ MP ਹਾਂ, ਮੈਂ ਔਡਰ ਦੇ ਸਕਦਾ। ਮੈਂ ਕਿਹਾ ਜੀ ਵੋਟਾਂ ਪੈਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਕਰਨਾ, ਚਾਹੇ ਪ੍ਰਾਈਵੇਟ ਚਾਹੇ ਜਿੱਥੋਂ ਮਰਜ਼ੀ, ਮੈਂ ਪੈਸੇ ਜਾਰੀ ਕਰ ਦੂੰਗਾ ਤੁਹਾਨੂੰ, ਠੀਕ ਹੈ। ਕਿਰਪਾ ਕਰਕੇ ਸਭ ਤੋਂ ਪਹਿਲਾਂ ਘੱਗਰ ਦੀ ਸਫਾਈ ਕਰਨਾ, ਜੇ ਪਹਿਲੀ ਸਫਾਈ ਕਰ ਦਈਏ ਫਿਰ ਕਾਹਦੇ ਵਾਸਤੇ ਗੱਡੇ ਚੱਕੀ ਫਿਰੀ, ਫਿਰ ਮੰਗਾਉਂਦੇ ਨੇ JCBਆਂ, ਇਹ ਫਿਰ ਲੜਾਈਆਂ ਹੁੰਦੀਆਂ ਉੱਥੇ ਮੋਟਰਾਂ 'ਤੇ। ਉੱਥੇ ਵੀ ਗਿਆ ਸੀ ਨਾ, ਮੋਟਰ ਬੰਦ ਕਰਾਉਣੀ ਸੀਗੀ ਘੰਟਾ ਕੁ, ਕਹਿੰਦੇ ਮੋਟਰਾਂ ਨਾ ਮੱਝਣ, ਪਿਆਰ ਨਾਲ ਸਮਝਾਇਆ ਵੀ ਆਪਣੀ ਕੋਈ ਗੱਲ ਨਹੀਂ ਤੁਸੀਂ ਉਹ ਨਾ ਕਰੋ। ਜੇ ਲੀਡਰ ਵਧੀਆ ਹੋਵੇ ਲੋਕ ਗੱਲ ਮੰਨ ਲੈਂਦੇ ਆ, ਇਮਾਨਦਾਰ ਹੋ। ਪਹਿਲਾਂ ਬਾਦਲ ਦੀ ਵੀ ਗੱਲ ਮੰਨਦੇ ਰਹੇ ਲੋਕ, ਜਦੋਂ ਉਹਨੇ ਆਪਦੇ ਧੀਆਂ ਪੁੱਤ ਅਤੇ ਉਹਨਾਂ ਦੇ ਸਾਲੇ ਸੁਲੇ ਜਿਹੇ ਮਾਰਤੇ, ਉਹ ਤੁਹਾਨੂੰ ਬਾਬਾ ਉਹਨੂੰ ਵੀ ਗਾਲਾਂ ਪੈਣ ਲੱਗ ਗਏ। ਯਾਹ ਕੀ ਕਰੀ ਜਾਂਦਾ ਕੋਈ? ਹੈਂਜੀ ਹਾਂਜੀ ਹਾਂਜੀ, ਪਹਿਲਾਂ ਤਾਂ ਬਜ਼ੁਰਗ ਹੋ ਤੁਸੀਂ ਤਾਂ, ਤੁਹਾਡਾ ਤਜਰਬਾ, ਪਹਿਲਾਂ ਬਾਦਲ ਦੀ ਗੱਲ ਨੂੰ ਮੰਨਦੇ ਸੀ ਲੋਕ ਵੀ ਹਾਂ ਯਾਰ ਬਾਦਲ ਨੇ ਕਹਿ ਤਾ ਆਪਣੇ ਹੱਕ 'ਚ। ਹਾਂ, ਜਦੋਂ ਪੁੱਤਰ ਮੂੰਹ 'ਚ ਪੈ ਗਿਆ ਬਾ, ਉਸ ਤੋਂ ਬਾਅਦ ਉਹਨੇ ਕੰਮ ਖਰਾਬ ਕਰਤਾ ਅਕਾਲੀ ਦਲ ਦਾ। ਹੁਣ ਤਾਂ ਹਾਲਾਤ ਇਹ ਨੇ ਵੀ 10 ਟਿਕਟਾਂ ਵੀ ਨਹੀਂ ਵੰਡੀਆਂ ਗਈਆਂ, 2 ਤਾਂ ਘਰ ਹੀ ਰੱਖਣੀਆਂ ਪੈ ਗਈਆਂ ਸੁਖਬੀਰ ਬਾਦਲ ਨੂੰ, ਇੱਕ ਆਪਦੀ ਕਾਪੀ ਘਰ ਵਾਲੀ, ਢੀਂਡ ਸਿੱਖ ਘਰੇ ਟਿਕਟ ਅਖਬਾਰ ਨੂੰ ਸਿੱਖ ਕੇ ਕਹਿੰਦੇ ਉੱਥੋਂ ਦੀ, ਕਹਿੰਦੇ ਲੜ ਲਓ ਜਾਂ ਕਰ ਦਿਓ। ਸੋ ਵੀਰੋ ਇਹ ਘਰ ਰੱਖ ਲਓ, ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ। ਆ ਫਿਰਦੇ ਆਈ ਆ ਗਿਆ ਉੱਥੇ ਕਈ, ਇਹ ਆ ਜਾਣਗੇ, ਇਹ ਆਉਣਗੇ ਤਾਂ ਕੋਠਿਆਂ ਉੱਤੇ ਤਾਂ ਚੜ੍ਹੀ ਹੋਊ ਕਮਾਂਡੋ ਫੋਰਸਾਂ, ਹੈਂ ਉਹ ਫੋਰਸਾਂ ਇਹ ਕੋਈ 47 ਕਰਾਂ ਸੁਣੀ ਲੋਕ ਡਰਦੇ ਅੰਦਰ, ਬੱਚੇ ਡਰਦੇ ਸਾਡੇ, ਉਹ ਕਹਿੰਦੇ ਦੋਨੇ ਪਤਾ ਸੁਖੀ ਵਾਲਾ ਹੈ ਪਰ, ਹਾਂ ਅਤੇ ਆਹ ਮੇਰੀ ਕਮਾਂਡੋ ਫੋਰਸ ਆ ਖੜੀ ਹੋਈ, ਆਹ ਮੇਰੇ ਲੰਘ ਪੈਂਦੇ ਆ ਥੋੜ੍ਹੇ ਧੀਆਂ ਪੁੱਤ। ਜਦੋਂ ਕੋਈ ਗਲਤ ਕੰਮ ਨਹੀਂ ਕਰੋਗੇ ਭਾਈ ਤੁਹਾਨੂੰ ਬਾਰਾ ਖਤਰਾ, ਥੋੜ੍ਹੇ ਵਰਗੇ ਅਸੀਂ ਆ ਜਾ ਇੱਥੇ ਖੜਾ ਹੋ, ਇੱਥੇ ਖੜਾ ਲਓ ਥੜੇ ਥੜੇ ਜੜੇ ਹੋ ਜਾਂਦੇ, ਠੀਕ ਹੈ ਨਾ, ਕੋਈ ਕਹਿੰਦੇ ਰੱਖ ਦੇ ਵੜ ਜਾ ਤੂੰ ਪੱਕ ਚੜ੍ਹ ਗਿਆ। ਇਹ ਆ ਜਾਣਗੇ ਢੀਂਡਸੇ ਨੂੰ ਤੇ ਬਾਦਲ ਨੂੰ ਵੱਡੇ ਨੂੰ ਗੱਡੀ ਚ ਉਤਾਰਨ ਵਾਸਤੇ ਵੀ 5 ਮੈਂਬਰੀ ਕਮੇਟੀ ਬਣਾਉਣੀ ਪੈਂਦੀ ਹੈ, ਭੋਲੇ ਤੂੰ ਮੋਢਾ ਧੱਕੀ ਮੈਂ ਲੱਤ ਖਿੱਚੂ, ਇਹ ਨਾ
ਉਹ 92 ਸਾਲ ਦਾ ਹੋ ਗਿਆ ਬਾਬਾ ਬਾਬਾ ਹੀ ਹੈ ਪ੍ਰਕਾਸ਼ ਸਿੰਘ ਵਾਲ ਤਿੰਨ ਸਕਿਉਰਟੀਆਂ ਨੇ ਇਧਰੋਂ ਫੜਿਆ ਹੁੰਦਾ ਹੈ ਤਿੰਨ ਨੇ ਇਧਰੋਂ ਫੜਿਆ ਹੁੰਦਾ ਚੱਕ ਕੇ ਸਟੇਜ ਤੇ ਚਾੜਦੇ ਨੇ ਜਾਣ ਸਰ ਕਹਿੰਦੇ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ ਉਹ ਮੈਂ ਕਿਹਾ ਤੇਰਾ ਸੇਵਾ ਕਰਾਉਣ ਦਾ ਟਾਈਮ ਹੋਇਆ ਬਸ ਕਰ ਬਾਬਾ ਉਹ ਤੇਰੇ ਹਣ ਦੇ ਦਰਖਤ ਵੀ ਸੁੱਕ ਗਏ ਹੋਏ ਪੰਜਾਬ ਚੋਂ ਹਟਦੇ ਨੀ ਪਿੱਪਲ ਦੇ ਪੱਤੇ ਆਵੇ ਕਾਹਦੀ ਖੜ 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 ਲਾਈ ਹੈ ਪੱਤ ਝੜ ਗਏ ਪੁਰਾਣੇ ਬਾਦਲ ਸਾਹਿਬ ਆਗੇ ਦੇਖੋ ਕਿਹਨੇ ਸੋਹਣੇ ਨੇ ਬਾਦਲ ਵੀ ਹੋਏ ਤੇ ਪਿਆ ਕਿਤੇ ਇਹ ਕਹਿੰਦਾ ਬਾਦਲ ਹੋ ਗਏ ਤੇ ਉਹ ਕਲੀਆਂ ਨਿਕਲੀਆਂ ਪਈਆਂ ਐਗੇ ਹੋਏ ਪਏ ਨੇ 19 ਮਹੀਨੇ ਹੋ ਵੀ ਡਿੱਗ ਪੈ ਗਏ ਇੱਥੇ ਥੱਲੇ ਪਏ ਹੁਣ ਵੀਰ ਸੀ ਹੋਈ ਤੁਸੀਂ ਸਾਨੂੰ ਫਿਰ ਤਾਂ ਤੁਸੀਂ ਸੋ ਤੁਹਾਡੇ ਨਾਲ ਤੁਹਾਡੇ ਵਰਗੀਆਂ ਕਾਂਗਰਸ ਨੇ ਵਾਦਾ ਖਿਲਾਫੀਆਂ ਕੀਤੀਆਂ ਕਾਂਗਰਸ ਨੇ ਕਿਹਾ ਘਰ ਘਰ ਨੌਕਰੀ ਦੇਵਾਂਗੇ ਉਹ ਕਰਕੇ ਕਾਂਗਰਸ ਨੇ ਕਿਹਾ ਕਰਜ਼ੇ ਮਾਫ ਕਰ ਦਾਂਗੇ ਸਾਰਿਆਂ ਦੇ ਬੈਂਕਾਂ ਦੇ ਵੀ ਆੜਤੀਆਂ ਦੇ ਵੀ ਮੁੱਕਰ ਗਏ ਕਾਂਗਰਸ ਨੇ ਕਿਹਾ 5-5 ਮਰਲਿਆਂ ਦੇ ਪਲਾਟ ਦਿਓ ਗਰੀਬਾਂ ਨੂੰ ਮੁੱਕਰ ਗਏ ਕਾਂਗਰਸ ਨੇ ਕਿਹਾ 2500 ਰੁਪਏ ਆਪਣਾ ਆਪਾਂ ਪੈਨਸ਼ਨ ਕਰ ਦੂੰ ਜਿਹੜੀ ਪਹਿਲੀ ਵੀ ਮਿਲਦੀ ਸੀ 100-200 ਵੀ ਬੰਦ ਕਰਤੀ ਮੁੱਕਰ ਗਏ ਫਿਰ ਕਿਹੜੇ ਮੂੰਹ ਨਾਲ ਆਉਣਗੇ ਇੱਥੇ ਅਸੀਂ ਗਰੀਬ ਹੋਈ ਜਾਂਦੇ ਹਾਂ ਸੱਤ-ਅੱਠ ਨੰਬਰ ਨਹੀਂ ਆਏ ਮੇਰੇ ਹਨਾ ਪ੍ਰਾਈਵੇਟ ਸਕੂਲਾਂ ਨੇ ਇਹਨਾਂ ਦਾ ਬੰਦੀ ਵਾਸੀ ਇਹਨਾਂ ਦਾ ਤੂੰ ਬੋਲਦੀ ਨਹੀਂ ਆਹੀ ਚਲ ਕੋਈ ਆਉਣ ਦੋ ਆਉਣ ਦੋ ਇਹਨਾਂ ਨੂੰ ਵੀ ਬੱਸਾਂ ਐਦਾਂ ਸਪੈਸ਼ਲ ਛੱਡ ਕੇ ਜਾਏ ਕਰਨੀ ਇੱਥੇ ਲੈ ਕੇ ਜਾਏ ਆ ਲੈਣ ਦੋ ਬਸ ਗਰਾਰੀ ਦਾ ਦੰਦਾ ਆੜ ਲੈਣ ਦੋ ਦਿੱਲੀ ਜਾਂਦੀਆਂ ਨੇ ਦਿੱਲੀ 'ਚ ਸਰਕਾਰੀ ਸਕੂਲਾਂ ਦੀਆਂ ਬੱਸਾਂ ਛੱਡੋ ਨੇ ਇਹਨਾਂ ਨੂੰ ਕਿਉਂ ਦੇ ਸਕਦੇ ਬੱਸਾਂ ਬੱਸਾਂ ਦਿਓ ਇਹਨਾਂ ਨੂੰ ਸਕੂਲ ਵਾਸਤੇ ਬੱਸਾਂ ਲੱਗ ਦਿਓ ਬਾਕੀ ਸਾਰਾ ਦਿਨ ਆਓ ਭਾਵੇਂ ਦੂਜੇ ਰੁੱਖ ਕਿਉਂਕਿ ਫਿਰ ਜਦੋਂ ਬਰਾਤ ਜਾਂਦੀ ਹੁੰਦੀ ਪਹਿਲਾਂ ਉਹ ਬਰਾਤ ਛੱਡ ਕੇ ਉਹ ਬਸ ਬਰੂ ਚਲਾਉਣ ਚਲੇ ਜਾਂਦੇ ਸੀ ਸ਼ਾਮ ਨੂੰ ਆਪਣਾ ਆਖਰੀ ਗੇੜਾ ਲਾ ਕੇ ਉਹ ਫਿਰ ਬਰਾਤ ਨੂੰ ਲੈ ਜਾਂਦੇ ਸੀ ਇਹ ਹੁੰਦਾ ਸੀ ਸੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਪਣਾ ਚੋਣ ਸ਼ਾਮ ਵੀ ਬੜਾ ਵਧੀਆ ਇਸੇ ਦੱਸਣ ਦੀ ਲੋੜ ਹੀ ਨਹੀਂ ਮਾਵਾਂ ਭੈਣ ਦਾ ਦੱਸਣ ਦੀ ਜਮੀ ਲੋੜ ਨਹੀਂ ਉਹ ਤੜਕੇ ਤੜਕੇ ਢੇਰੇ ਚ ਬਾਹਰ ਲੈਂਦੇ ਨੇ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋਏ ਜੇ ਲੋੜ ਪਵੇ ਹੱਥ ਨਹੀਂ ਜਮੀ ਭਾਲ ਦੇ ਮੇਰੇ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਸਵੇਰੇ ਵੀ ਹੱਥ ਦੇ ਵੀ ਫਰਕ ਇੰਨਾ ਕਹਿ ਸਵੇਰੇ ਇੱਧਰਲੇ ਪਾਸੇ ਝਾੜੂ ਫਰ ਕੇ ਜਿਹੜਾ ਫਿਰਨਾ ਪੈਂਦਾ ਸ਼ਾਮ ਨੂੰ ਦੂਜੇ ਪਾਸੇ ਨੂੰ ਫੜ ਕੇ ਸਫਾਈ ਕਰਦਾ ਝਾੜੂ ਦਾ ਚੋਣ ਸ਼ਾਨ ਤੀਜੇ ਨੰਬਰ ਤੇ ਪਟਣਾ ਹੈ ਆਪਣਾ ਪਹਿਲੇ ਤੋਂ ਪਹਿਲਾਂ ਪਹਿਲੇ ਤੇ ਕਾਂਗਰਸ ਦੂਜੇ ਤੇ ਅਕਾਲੀ ਤੀਜੇ ਤੇ ਆਪਾਂ ਇਹ ਰੱਬ ਨੇ ਵੀ ਵਿਧੀ ਬਣਾਈ ਹੈ ਉਹਨੇ ਆਪ ਹੀ ਦੱਸਤਾ ਭਾਈ ਤੀਜਾ ਬਦਲ ਆ ਗਿਆ ਹੁਣ ਤੀਜਾ ਦੱਬਿਓ ਪਹਿਲੇ ਦੋ ਵੱਲ ਦੇਖੋ ਵੀ ਅੱਖਾਂ 'ਚ ਮੋਤੀਆ ਵੀ ਹੋ ਸਕਦਾ ਹੈ ਹਾਂ ਠੀਕ ਹੈ ਨਾ ਤੀਜੇ ਨੰਬਰ 'ਤੇ ਆਪਣਾ ਬਟਨ ਹੈ ਤੀਜੇ ਨੰਬਰ ਵਾਲੇ ਬਟਨ ਨੂੰ ਦੱਬੋਗੇ ਤਾਂ ਤੁਹਾਡੇ ਬੱਚਿਆਂ ਦੀ ਖੁਸ਼ਹਾਲੀ ਤੁਹਾਡੇ ਬੱਚਿਆਂ ਦੇ ਸੁਪਨੇ ਪਹਿਲਾਂ ਮੈਂ ਪਾਰਲੀਮੈਂਟ ਭੇਜਿਆ ਤੁਸੀਂ ਮੈਨੂੰ 5 ਸਾਲ ਬਜ਼ੁਰਗੋ ਤੁਸੀਂ ਸ਼ਾਇਦ ਦੇਖਿਆ ਹੋਵੇ ਜਵਾਕਾਂ ਨੇ ਦਿਖਾਇਆ ਹੋਵੇ ਮੋਬਾਈਲ 'ਚ ਸਭ ਤੋਂ ਵੱਧ ਤੁਹਾਡੇ ਹੱਕ 'ਚ ਬੋਲਣ ਵਾਲੇ 'ਚ ਮੇਰਾ ਨਾਂ ਆਉਂਦਾ ਕਿਸਾਨਾਂ ਦੇ ਹੱਕ 'ਚ ਬੋਲਿਆ ਗਰੀਬਾਂ ਦੇ ਹੱਕ 'ਚ ਬੋਲਿਆ ਨਰੇਗਾ ਦੇ ਹੱਕ 'ਚ ਬੋਲਿਆ ਕਿ ਪੈਸੇ ਦਿਆ ਕਰੋ ਉਹਨਾਂ ਨੇ ਯਾਰ ਉਸੇ ਦਿਨ ਡੂਡੂ ਸਾਲ ਹੋ ਗਿਆ ਪੈਸੇ ਨਹੀਂ ਮਿਲਦੇ ਸੋ ਵੀਰੋ ਤੁਹਾਡੇ ਨਾਲ ਆਹੀ ਬੇਨਤੀ ਕਰਨ ਆਇਆ ਕੋਈ ਨਹੀਂ ਉਮੀਦਾਂ ਨਹੀਂ ਛੱਡੀਆਂ ਹੁੰਦੀਆਂ ਬਦਲੋ ਬਾ ਮਾਹੌਲ ਸਾਰੇ ਸੰਗਰੂਰ ਦੇ ਵਿੱਚ ਇਹ ਗੱਲ ਫੈਲੀ ਹੋਈ ਹੈ ਕਿ ਆਪਣੇ ਹੱਕ ਦਾ ਬੰਦਾ ਭਾਈ ਨਾ ਇਹਨੇ ਕੋਈ ਪੈਸਾ ਖਾਧਾ ਨਾ ਇਹਨੇ ਕੋਈ ਗਲਤ ਕੰਮ ਕੀਤਾ ਨਾ ਕਰ ਦਿੱਤਾ ਆਪਾਂ ਭਾਈ ਆਪਣੇ ਬੰਦੇ ਨੂੰ ਆਪ ਜਿੱਤੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ 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 ਜੀ